ਸਭ ਦਾ ਸਵਾਗਤ ਹੈ ਜੀ। ਜੋ ਪੰਜਾਬ ਬਾਰੇ ਚਿੰਤਾ ਕਰਦੇ ਨੇ, ਆਪਣੇ ਪਰਿਵਾਰ ਦੀ ਚਿੰਤਾ ਕਰਦੇ ਨੇ, ਵਿਦੇਸ਼ ਜਾਣ ਦੀ ਚਿੰਤਾ ਕਰਦੇ ਨੇ, ਰੁਜ਼ਗਾਰ ਦੀ ਭਾਲ ਦੇ ਵਿੱਚ ਨੇ, ਉਹਨਾਂ ਵਾਸਤੇ ਕੁਛ ਮੀਡੀਏ ਨੂੰ ਵੱਖਰਾ ਕਰਨਾ ਪਏਗਾ। ਅੱਜ ਅਸੀਂ ਪੋਲੀਟੀਕਲ ਸਿਸਟਮਸ, ਸੌਂਗਸ, ਖਬਰਾਂ ਸੁਣ ਕੇ ਠੀਕ ਹੈ ਇੱਕ ਦਿਲ ਨੂੰ ਧਰਵਾਸ ਦੇ ਰਹੇ ਹਾਂ, ਇੱਕ ਟਰੈਂਡ ਸੈੱਟ ਕਰਨਾ ਪਏਗਾ ਭਾਰਤ ਦੇ ਵਿੱਚ ਸਾਨੂੰ, ਉਹਨਾਂ ਲੋਕਾਂ ਵਾਸਤੇ, ਉਹਨਾਂ ਕਿਸਾਨਾਂ ਵਾਸਤੇ, ਉਹਨਾਂ ਸਟੂਡੈਂਟਸ ਵਾਸਤੇ, ਉਹਨਾਂ ਕਾਮਿਆਂ ਵਾਸਤੇ ਜਿਨ੍ਹਾਂ ਨੂੰ ਅਸੀਂ ਦੱਸ ਸਕੀਏ ਤੁਹਾਡੇ ਫਿਊਚਰ ਦੇ ਵਿੱਚ ਬੈਟਰ ਜਿਹੜੇ ਪ੍ਰੋਸਪੈਕਟਸ ਨੇ ਉਹ ਕੀ ਹੋਣਗੇ। ਸੋ ਬਹੁਤ ਸਾਰੀਆਂ ਡਿਬੇਟਾਂ ਸੁਣ ਸੁਣ ਅਸੀਂ ਅੱਕ ਅਤੇ ਥੱਕ ਚੁੱਕੇ ਹਾਂ। ਇਹਦਾ ਅਸੀਂ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਹੋਇਆ, ਜਿੱਥੇ ਵੀ ਕੋਸ਼ਿਸ਼ ਹੁੰਦੀ ਹੈ, ਜਿੰਨੇ ਵੀ ਮਹਿਮਾਨ ਦੇ ਨਾਲ ਹੁੰਦੀ ਹੈ, ਅਸੀਂ ਵਿਦੇਸ਼ ਦੇ ਵਿੱਚ ਸਾਡੇ ਵਾਸਤੇ ਕੀ ਪੋਸੀਬਿਲਿਟੀਜ਼ ਇਹਨਾਂ ਨੂੰ ਲੈ ਕੇ ਆਉਂਦੇ ਹਾਂ। ਸੋ ਦੇਸ਼ ਪ੍ਰਦੇਸ਼ 11 ਸਾਲ ਦਾ ਇੱਕ ਅਜਿਹਾ ਹੀ ਮੰਚ ਹੈ ਜਿਹੜਾ ਕਿ ਵੱਖ ਵੱਖ ਚੰਗੇ ਬੰਦਿਆਂ ਨੂੰ ਇਸ ਮੰਚ 'ਤੇ ਬੁਲਾ ਕੇ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਪਿਛਲੇ ਹਫ਼ਤੇ ਗੱਲ ਕੀਤੀ, ਆਸਟ੍ਰੇਲੀਆ ਬੰਦ ਹੋਣ ਦਾ ਸੱਚ ਦੱਸਿਆ, ਇਸ ਹਫ਼ਤੇ ਤੁਹਾਡੇ ਨਾਲ ਵਾਅਦਾ ਕਰਕੇ ਗਏ ਸੀ ਕਿ ਕੈਨੇਡਾ ਦੇ ਵਿੱਚ 2024 ਦੇ ਵਿੱਚ ਕੀ ਹੋਣਾ, ਕਿਹੜੀਆਂ ਪੋਲਿਸੀਆਂ ਆਉਣੀਆਂ, ਸਰਕਾਰ ਚੇਂਜ ਹੋਣ ਨਾਲ ਕਿੰਨਾ ਫਰਕ ਪੈਣਾ। ਇੱਕ ਬੱਚੇ ਨੂੰ ਡਿਵੋਟ ਕਰਨ ਦੀ ਗੱਲ ਹੋ ਰਹੀ ਸੀ, ਉੱਥੋਂ ਜਿਹੜੀ ਹੈਗੀ ਹੈ ਸ਼ੁਰੂਆਤ ਕਰਾਂਗੇ। ESS ਗਲੋਬਲ ਤੋਂ ਗੁਰਿੰਦਰ ਜੀ ਮੇਰੇ ਨਾਲ ਇਸ ਮੰਚ 'ਤੇ ਇੱਕ ਵਾਰ ਫਿਰ ਮੌਜੂਦ ਨੇ, ਕਿਉਂਕਿ ਹਾਲੇ ਉਹ ਇੱਕ ਮੰਥ ਇੰਡੀਆ ਨੇ, ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਕੁ ਸ਼ੋਅ ਉਹਨਾਂ ਦੇ ਨਾਲ ਕਰ ਸਕੀਏ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ ਵੈਰੀ ਮੱਚ ਰਮੀਤ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚੇ ਤੋਂ ਸ਼ੁਰੂਆਤ ਕਰੂੰਗਾ ਜੀ, ਤੁਸੀਂ ਕਿਹਾ ਸੀ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਵਰਣਨ ਕਰ ਸਕਦੇ ਹਾਂ, ਕਿਉਂਕਿ ਤੁਸੀਂ ਉਸ ਸਾਰੇ ਦੇ ਸਾਰੇ ਐਪੀਸੋਡ ਦੇ ਵਿੱਚ ਸ਼ਾਮਿਲ ਸੀ। ਬਿਲਕੁਲ ਜੀ, ਸ਼ਾਮਿਲ ਸੀਗਾ ਜਾਂ ਮੈਂ ਆਪ ਉੱਥੇ ਸੀਗਾ। ਇਹ ਸਟੂਡੈਂਟ ਦੀ ਕਹਾਣੀ ਹੈ, ਇਹ ਮੈਂ ਆਪਣੇ ਫੇਸਬੁੱਕ ਪੇਜ ਦੇ ਵਿੱਚ ਵੀ ਜਦੋਂ ਕੈਨੇਡਾ ਤੋਂ ਤੁਰਨ ਲੱਗਾ ਸੀਗਾ ਅਤੇ ਲਾਈਵ ਹੋ ਕਰਕੇ ਦੱਸੀ ਸੀਗੀ, ਦੁਬਾਰਾ ਡਿਟੇਲ ਦੇ ਵਿੱਚ ਦੱਸ ਦੇਣਾ। ਦਸੰਬਰ ਦਾ ਮਹੀਨਾ ਸੀਗਾ, ਇਹ ਮੁੰਡਾ 2 ਸਾਲ ਦਾ ਆਪਣਾ ਡਿਪਲੋਮਾ ਕਰਨ ਵਾਸਤੇ ਉੱਥੇ ਕੈਨੇਡਾ ਦੀ ਧਰਤੀ 'ਤੇ ਗਿਆ ਸੀਗਾ। ਪੇਰੈਂਟਸ ਵੱਲੋਂ ਇਹ ਚੀਜ਼ ਦਾ ਪ੍ਰੈਸ਼ਰ ਸੀਗਾ ਜਾਂ ਆਪਣਾ ਉਰੇ ਉੱਤੇ ਮਨ ਦੇ ਵਿੱਚ ਸੀਗਾ ਕਿ ਵੀ ਮੈਂ ਆਪਣੀ ਅਗਲੇ ਸਮੈਸਟਰ ਦੀ ਫੀਸਾਂ ਆਪ ਕੱਢਣੀ ਹੈ, ਮੈਂ ਆਪਣੇ ਪੇਰੈਂਟਸ ਦੇ ਜਿੰਨੇ ਪੈਸੇ ਲਾਉਣੇ ਸੀ ਲਾਤੇ, ਮੈਂ ਆਪਣੇ ਪੇਰੈਂਟਸ ਕੋਲ ਪੈਸੇ ਨਹੀਂ ਮੰਗਾਉਣੇ। ਮੁੰਡਾ ਬਹੁਤ ਹੀ ਜ਼ਿਆਦਾ ਨੇਕ ਔਰ ਮਿਹਨਤ ਕਰਨ ਵਾਲਾ ਮੁੰਡਾ ਹੈ, ਐਂਡ ਉਹਨੇ ਦਿਨ ਰਾਤ ਇੱਕ ਕਰਕੇ ਉੱਥੇ ਕਮਾਈ ਕੀਤੀ, ਵਧੀਆ ਆਪਣਾ ਕੋਰਸ ਕੰਪਲੀਟ ਕਰ ਲਿਆ, ਡਿਪਲੋਮਾ ਮਿਲਣਾ ਸੀ ਅਤੇ ਹੁਣ 3 ਸਾਲ ਦਾ ਵਰਕ ਪਰਮਿਟ ਮਿਲਣਾ ਸੀ। ਮਾੜੀ ਕਿਸਮਤ, ਟਰੱਕ ਦੇ ਲੈ ਕਰਕੇ ਜਾ ਰਿਹਾ, ਐਂਡ ਟਰੱਕ ਜਦੋਂ ਮੋਟਰਵੇ 401 ਦੇ ਵਿੱਚ ਹੈਗਾ ਸੀਗਾ, 401 ਉੱਥੋਂ ਦੇ ਇੱਕ ਹਾਈਵੇ ਦਾ ਨਾਮ ਹੈ, ਉਹ 'ਤੇ ਹੈਗਾ ਸੀਗਾ। ਪਿੱਛੋਂ ਪੁਲਿਸ ਵਾਲੇ ਨੇ ਉਹਨੂੰ ਸਿਗਨਲ ਦਿੱਤਾ, ਪੁੱਲ ਕੀਤਾ ਕਿ ਕੁਛ ਗਲਤੀ ਹੋ ਗਈ ਹੋਣੀ ਜਾਂ ਉਹਨੇ ਕੋਈ ਚੈਕਿੰਗ, ਨੋਰਮਲ ਰੂਟੀਨ ਚੈਕਿੰਗ 'ਚ ਆਪਣਾ ਉਹਨੂੰ ਰੋਕਿਆ। ਜਦੋਂ ਰੋਕਿਆ ਉਹਨੂੰ ਪੁੱਛਿਆ ਗਿਆ, ਤੂੰ ਇੱਥੇ ਕੀ ਕਰਦਾ, ਇਨੋਸੈਂਟ ਬੱਚਾ। ਉਹਨੂੰ ਇਹ ਕਹਿਣਾ ਚਾਹੀਦਾ ਸੀ ਮੈਂ ਫਲਾਣੀ ਜਗ੍ਹਾ ਤੋਂ ਟਰੱਕ ਲੈ ਕਰਕੇ ਫਲਾਣੀ ਜਗ੍ਹਾ ਚੱਲਿਆ। ਕਹਿੰਦਾ ਜੀ ਮੈਂ ਇੱਥੇ ਸਟੂਡੈਂਟ ਹਾਂ। ਕਹਿੰਦਾ ਜੇ ਤੂੰ ਸਟੂਡੈਂਟ ਹੈ ਮਤਲਬ ਤੈਨੂੰ 20 ਘੰਟੇ ਕੰਮ ਕਰਨਾ ਅਲਾਊਡ ਆ, ਤੂੰ ਕਿੰਨੇ ਘੰਟੇ ਕੰਮ ਕੀਤਾ, ਆਪਣੀ ਲੋਗ ਬੁੱਕ ਦਿਖਾ। ਲੋਗ ਬੁੱਕ ਪਹਿਲੇ ਜ਼ਮਾਨੇ 'ਚ ਮੈਨੂਅਲ ਹੁੰਦੀ ਸੀ, ਹੁਣ ਇਲੈਕਟ੍ਰੋਨਿਕ ਹੋ ਗਈ ਹੈ। ਇਲੈਕਟ੍ਰੋਨਿਕ ਲੋਗ ਬੁੱਕ ਦੇਖੀ ਔਰ ਸਾਹਮਣੇ ਆ ਗਿਆ ਕਿ ਪੂਰੇ ਹਫ਼ਤੇ ਦੇ ਵਿੱਚ ਉਹਨੇ 40 ਘੰਟੇ ਤੋਂ ਜ਼ਿਆਦਾ ਕੰਮ ਕੀਤਾ ਹੈ, 20 ਘੰਟੇ ਤੋਂ ਜ਼ਿਆਦਾ ਕੰਮ ਕੀਤਾ, ਕਿਉਂਕਿ ਸਟੂਡੈਂਟ ਨੂੰ 20 ਘੰਟੇ ਅਲਾਊਡ ਹੈ, ਬਟ ਉਹਨੇ 40 ਤੋਂ ਵੀ ਜ਼ਿਆਦਾ ਕੰਮ ਕੀਤਾ ਹੋਇਆ ਸੀਗਾ। ਨੋਰਮਲੀ ਇੱਦਾਂ ਨਹੀਂ ਹੁੰਦਾ, ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹਨੂੰ ਉੱਥੇ ਅਸੀਂ CBSA ਕਹਿੰਦੇ ਹਾਂ, ਪੁਲਿਸ ਡਿਪਾਰਟਮੈਂਟ, ਦੋ ਕੈਨੇਡੀਅਨ ਬਾਰਡਰ ਸਿਕਿਉਰਿਟੀ, ਕਰੈਕਟ, ਉਹਨੂੰ 2 ਅਲੱਗ-ਅਲੱਗ ਡਿਪਾਰਟਮੈਂਟ ਹੈਗੇ ਆ, ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ, ਉਹਨੂੰ ਚੱਕ ਕੇ CBSA ਵਾਲਿਆਂ ਕੋਲ ਲੈ ਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਹਵਾਲੇ ਕਰਤਾ ਕਿ ਵੀ ਇਹ ਸਟੂਡੈਂਟ ਜਿਹੜਾ ਵਾ ਇਹਨੂੰ ਮੈਂ ਜ਼ਿਆਦਾ ਘੰਟੇ ਕੰਮ ਕਰਦੇ ਫੜਿਆ, ਡਿਟੇਨ ਕੀਤਾ, ਅਰੈਸਟ ਕੀਤਾ, ਮੈਂਟਲ ਹਰਾਸਮੈਂਟ ਹੋਈ। ਮਤਲਬ ਆਪਣੇ ਪੰਜਾਬ ਦੇ ਬੰਦਿਆਂ ਨੂੰ ਵੈਸੇ ਹੀ ਪੁਲਿਸ ਦੇ ਨਾਮ ਤੋਂ ਬੜਾ ਡਰ ਲੱਗਦਾ, ਕਿਉਂਕਿ ਇੱਥੇ ਲੋਕਾਂ ਦੀਆਂ ਬਹੁਤ ਕਹਾਣੀਆਂ ਕਟਾਪਾ ਚੜ੍ਹਨ ਦੀਆਂ ਜਾਂ ਬਾਕੀ ਹੋਰ ਚੀਜ਼ਾਂ ਦੀਆਂ ਉਹ ਸੁਣੀਆਂ ਹੋਈਆਂ। ਸੋ ਉੱਥੇ ਜਾ ਕਰਕੇ ਜਦੋਂ ਪੁਲਿਸ ਵਾਲੇ ਨੇ ਰੋਕਿਆ, ਉਹਨੂੰ ਹੱਥ ਖੜੀ ਲਾਈ ਅਤੇ ਐਨ ਉਹਨੂੰ ਗਏ, ਜ਼ਿੰਦਗੀ 'ਚ ਪਹਿਲੀ ਵਾਰ ਹੱਥ ਖੜੀ ਲੱਗੀ, ਮਤਲਬ ਘਬਰਾ ਗਿਆ, ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ, ਉਹਦਾ ਕੇਸ ਚੱਲਿਆ, ਇਹ ਉਹਨੂੰ ਰਿਲੀਜ਼ ਕੀਤਾ ਗਿਆ, ਕੇਸ ਚੱਲਿਆ, ਉਹਦੀ ਡੈਪੋਟੇਸ਼ਨ ਦੀ ਡੇਟ ਮਿਥ ਲਿੱਤੀ ਗਈ 31 ਮਈ ਕਿ ਵੀ 31 ਮਈ ਤੱਕ ਇਹਨੂੰ ਜਿਹੜਾ ਹੈਗਾ ਡਿਪੋਰਟ ਕਰ ਦਿੱਤਾ ਜਾਏਗਾ। ਵੋਟਿੰਗ ਸ਼ੁਰੂ ਹੋ ਗਈ, ਪਹਿਲੇ 15 ਮਈ ਸੀਗੇ, ਵੋਟਿੰਗ ਸ਼ੁਰੂ ਹੋ ਗਈ, ਵੋਟਿੰਗ ਦੇ ਵਿੱਚ 24 ਘੰਟਿਆਂ 'ਚ ਮੇਰਾ ਖਿਆਲ ਹੈ 13,000 ਕਿ 16,000, ਮੇਰੇ ਕੋਲ ਐਗਜੈਕਟ ਨੰਬਰ ਬਾਏ ਹਾਰਟ ਯਾਦ ਨਹੀਂ, ਬਟ ਇਹ ਮੋਬਾਈਲ ਦੇ ਵਿੱਚ ਹੋਏਗੀ, ਮੈਂ ਆਪਣੇ ਫੇਸਬੁੱਕ 'ਤੇ ਵੀ ਦੱਸੀ ਸੀ ਕਿਉਂਕਿ ਉਦੋਂ ਮੇਰੇ ਸਾਹਮਣੇ ਫਿਗਰਸ ਹੈਗੀਆਂ ਸੀ, ਬਟ ਅਪਰੋਕਸੀਮੇਟਲੀ 24 ਘੰਟੇ ਦੇ ਵਿੱਚ 13,000, 16,000, 17,000 ਸਟੂਡੈਂਟ ਜਾਂ ਉੱਥੋਂ ਦੇ ਲੋਕਾਂ ਨੇ ਵੋਟ ਕੀਤੀ ਕਿ ਇਹ ਮੁੰਡਾ ਇਨੋਸੈਂਟ ਹੈ, ਇਹਨੂੰ ਛੱਡ ਦਿੱਤਾ ਜਾਵੇ।
ਐਂਡ ਇੰਨੀ ਜ਼ਿਆਦਾ ਵੋਟ ਕਰਵਾਈ ਸੀ, ਵੋਟ ਉਹਨਾਂ ਨੇ ਇੱਕ ਚੈਨਲ ਨੇ ਉੱਥੇ ਇੱਕ ਉੱਥੇ ਇੱਕ ਪੋਲ ਬਣਾਇਆ ਸੀ ਕਿ ਜਿਹੜਾ ਇੱਕ ਲਿੰਕ ਬਣਾ ਕਰਕੇ ਉੱਥੇ ਸਰਕੂਲੇਟ ਕੀਤਾ ਗਿਆ ਲੋਕਾਂ ਦੇ ਮੋਬਾਈਲ ਫੋਨ 'ਤੇ, ਉਹ ਉੱਥੇ ਲੌਗਇਨ ਕਰਦੇ ਸੀ ਕਿ ਵੀ ਉਹ 'ਚ ਆਉਂਦਾ ਸੀ ਕਿ ਵੀ ਤੁਸੀਂ ਚਾਹੁੰਦੇ ਹੋ ਕਿ ਵੀ ਇਹਦੀ ਡੈਪੋਟੇਸ਼ਨ ਰੁਕੇ, ਅਤੇ ਜੇਕਰ ਉਹਦੇ 'ਚ ਹੈਗਾ ਸੀ ਕਿ ਜੇਕਰ 600 ਬੰਦਾ ਤੇਰੇ ਹੱਕ 'ਚ ਵੋਟ ਕਰਦਾ ਵੈ ਤਾਂ ਅਸੀਂ ਤੇਰੀ ਡੈਪੋਟੇਸ਼ਨ ਦੇ ਉੱਤੇ ਰੋਕ ਲਾਵਾਂਗੇ, ਇਹਨੂੰ ਹੋਰ ਫਰਦਰ ਸੁਣਵਾਈ ਕਰਾਂਗੇ ਕਿ ਭਾਈ ਕੀ ਪ੍ਰੋਬਲਮ ਹੈਗਾ ਵੈ ਤੇਰੇ, ਹੋਰ ਕੀ ਸਲਿਊਸ਼ਨ ਹੋ ਸਕਦਾ ਜਾਂ ਐਕਚੁਅਲ 'ਚ ਕੀ ਹੋਇਆ, ਕਿਉਂਕਿ ਤੂੰ ਕਹਿ ਰਿਹਾ ਕਿ ਤੇਰੇ ਨਾਲ ਜਸਟਿਸ ਨਹੀਂ ਹੋ ਰਿਹਾ, ਕਿਉਂਕਿ ਉਹਨੇ ਇੱਕ ਸਟੇਟਮੈਂਟ ਦਿੱਤੀ ਸੀ ਮੇਰੇ ਨਾਲ ਜਸਟਿਸ ਨਹੀਂ ਹੋ ਰਿਹਾ, ਮੈਂ ਇੰਡੀਆ ਵਾਪਸ ਚਲ ਜਾਵਾਂਗਾ ਅਤੇ ਮੈਨੂੰ ਮੇਰੀ ਜਿਹੜੇ ਸੁਪਨੇ ਹੈਗੇ ਮੈਂ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦਾ ਉਹ ਮੇਰੇ ਸਾਹਮਣੇ ਖੜ੍ਹੇ ਨੇ ਮੇਰੇ ਸੁਪਨੇ, ਕਿਉਂਕਿ ਮੇਰਾ ਵਰਕ ਪਰਮਿਟ ਮੈਨੂੰ ਮਿਲਣ ਵਾਲਾ, ਮੇਰਾ ਵਰਕ ਪਰਮਿਟ ਮਿਲੇਗਾ, ਮੇਰੇ ਜ਼ਿੰਦਗੀ 'ਚ ਮੇਰੇ ਸੁਪਨੇ ਪੂਰੇ ਹੋ ਜਾਣਗੇ, ਮੈਂ ਤਾਂ ਸਿਰਫ ਇੱਕ ਕਦਮ ਦੂਰ ਹਾਂ ਆਪਣੇ ਸੁਪਨਿਆਂ ਤੋਂ, ਮੇਰੇ ਨਾਲ ਐਡਾ ਵੱਡਾ ਧੱਕਾ ਨਾ ਕਰੋ, ਮੈਨੂੰ ਇਹ ਨਾ ਹੋਵੇ ਕਿ ਵੀ ਮੈਨੂੰ ਉੱਥੇ ਜਾ ਕਰਕੇ ਮੈਂ ਕੁਛ ਕਾਰਾ ਕਰ ਲਾਂ। ਸੋ ਉਹਦੇ ਬਾਅਦ 'ਚੋਂ ਉਹਦੀ ਵੋਟਿੰਗ ਜਿਹੜੀ ਹੈ ਉਹ ਸ਼ੁਰੂ ਹੋਈ, 600 ਬੰਦੇ ਦੀ ਰਿਕੁਐਸਟ ਸੀ, 16-17,000 ਬੰਦੇ ਨੇ 24 ਘੰਟੇ ਦੇ ਅੰਦਰ ਅੰਦਰ ਜਿਹੜਾ ਵੈ ਇਹ ਉਹਦੇ ਹੱਕ ਦੇ ਵਿੱਚ ਵੋਟ ਦਿੱਤੇ। ਇਮੀਗ੍ਰੇਸ਼ਨ ਮਿਨਿਸਟਰ ਪਹਿਲੀ ਵਾਰ ਹੋਇਆ ਸੀ, ਇਮੀਗ੍ਰੇਸ਼ਨ ਮਿਨਿਸਟਰ ਨੇ ਅਹਿਮਦ ਹੁਸੈਨ ਨੇ ਖੁਦ ਆਪ ਇੰਟਰਵੀਨ ਕਰਕੇ ਡੈਪੂਟੇਸ਼ਨ ਦੇ ਉੱਤੇ 31 ਮਈ ਤੱਕ ਰੋਕ ਲਾਈ। ਫਰਾਈਡੇ ਵਾਲੇ ਦਿਨ ਜਿਹੜਾ ਪਿਛਲੇ ਤੋਂ ਪਿਛਲਾ ਫਰਾਈਡੇ, ਮੈਂ ਥਰਸਡੇ ਨੂੰ ਉੱਥੋਂ ਨਿਕਲਿਆ ਸੀਗਾ, ਇਹ ਫਰਾਈਡੇ ਵਾਲੇ ਦਿਨ 19 ਦੀਆਂ ਇਲੈਕਸ਼ਨਾਂ ਸੀ, 17 ਤਰੀਕ ਨੂੰ ਉੱਥੋਂ ਦੀ ਕੈਨੇਡਾ ਦੇ ਹਿਸਾਬ ਨਾਲ 18 ਤਰੀਕ ਨੂੰ ਉੱਥੇ ਵੋਇਸ ਕਾਲਸ ਕਰਨੀਆਂ ਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਬਈ ਜਿੰਨੀਆਂ ਮੈਕਸੀਮਮ ਵੋਇਸ ਮੈਸੇਜਸ ਛੱਡੋਗੇ ਸਟੋਪ ਦ ਡੈਪੂਟੇਸ਼ਨ ਆਫ ਜੋਬਨ ਸੰਧੂ। ਠੀਕ ਹੈ, ਤਕਰੀਬਨ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਵੋਇਸ ਮੈਸੇਜਸ ਗਏ ਐਂਡ ਉਹਨਾਂ ਦੀ ਜਿਹੜੀ ਲਾਈਨ ਬਲੌਕ ਹੋ ਗਈ ਕਿ ਵੀ ਇਸ ਬੱਚੇ ਦੀ ਇਮੀਗ੍ਰੇਸ਼ਨ ਨੂੰ ਰੋਕ ਲਾ ਦਿੱਤੀ ਜਾਵੇ। 31 ਮਈ ਤੋਂ ਚੁੱਕ ਕੇ 15 ਜੂਨ ਡੇਟ ਚਲੀ ਗਈ ਹੈ ਕਿ ਵੀ ਹੋਰ ਮਹੀਨਾ ਪੈ ਗਿਆ। ਸੋ ਅੱਜ ਦੀ ਡੇਟ ਆਸਾ ਰਹੇ ਹੈ ਐਂਡ ਉੱਥੇ ਮਿਨਿਸਟਰਸ ਵੱਲੋਂ, ਪੋਲੀਟੀਕਲ ਬੰਦਿਆਂ ਕੋਲੋਂ, ਡਿਪਾਰਟਮੈਂਟਲ ਬੰਦਿਆਂ ਕੋਲੋਂ, ਰਸੂਖਦਾਰ ਬੰਦਿਆਂ ਵੱਲੋਂ ਸਟੇਟਮੈਂਟਸ ਕੀ ਆ ਰਹੀ ਹੈ, ਦੇਖੋ ਕਿ 20 ਘੰਟੇ ਤੋਂ ਕੰਮ ਕਰਨਾ ਜ਼ਿਆਦਾ ਤਾਂ ਹੈਗਾ ਤਾਂ ਗਲਤ ਹੈ ਨਾ। ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਵੀ ਤੁਹਾਡੇ 'ਤੇ ਪ੍ਰੈਸ਼ਰ ਹੈ, ਤੁਸੀਂ ਕੰਮ ਕੀਤਾ ਐਂਡ ਨਾਲ ਦੇ ਨਾਲ ਅਸੀਂ ਉਹ ਸਟੇਟਮੈਂਟਸ ਬਹੁਤ ਬਹੁਤ ਸਟਰੋਂਗ ਸਟੇਟਮੈਂਟਸ ਜਿਹੜੀਆਂ ਹੈਗੀਆਂ ਮੈਂ ਕਿ ਸਾਹਮਣੇ ਆਈਆਂ ਕਿ ਭਾਈ ਸਟੂਡੈਂਟ ਜਦੋਂ ਉੱਥੇ ਜਾਂਦਾ ਉਹਨੂੰ ਇੱਕ ਜਿਹੜਾ ਉੱਥੋਂ ਦਾ PR ਹੈਗਾ ਵੈ ਉਹਦੇ ਸੇਮ ਰਾਈਟਸ ਕਿਉਂ ਨਹੀਂ ਦਿੱਤੇ ਜਾਂਦੇ, ਦੂਜਾ ਸਟੂਡੈਂਟ ਨੂੰ ਵੋਟਿੰਗ ਦਾ ਹੱਕ ਕਿਉਂ ਨਹੀਂ ਗਾ, ਸਟੂਡੈਂਟ ਨੂੰ 20 ਘੰਟੇ ਕੰਮ ਕਰਨ ਦਾ ਹੱਕ ਕਿਉਂ ਹੈ, 40 ਘੰਟੇ ਕੰਮ ਕਰਨ ਦਾ ਹੱਕ ਕਿਉਂ ਨਹੀਂ ਹੈ। ਸਟੂਡੈਂਟ 40 ਘੰਟੇ ਕੰਮ ਕਰਕੇ ਜਿਹੜੇ ਪੰਜਾਬ ਤੋਂ ਆਉਂਦੇ ਨੇ ਉਹ ਆਪਣੇ ਹੱਡ ਪੈਰ ਤੋੜ ਕੇ ਇੱਥੇ ਕੰਮ ਕਰ ਸਕਦੇ ਨੇ, ਮਿਹਨਤ ਕਰ ਸਕਦੇ ਨੇ, ਕਿਉਂਕਿ ਤੁਸੀਂ 20 ਘੰਟੇ ਕੰਮ ਕਰਨ ਦੀ ਸਾਨੂੰ ਪਰਮਿਸ਼ਨ ਦਿੰਦੇ ਹੋ, ਜਿਸ ਕਰਕੇ ਸਾਨੂੰ ਜਿਹੜਾ ਵੈ ਇੰਪਲੋਇਰ ਵੱਲੋਂ ਵੀ ਅਬਿਊਜ਼ ਕੀਤਾ ਜਾਂਦਾ ਵੈ ਕਿ ਭਾਈ ਜੇਕਰ ਅੱਜ ਗੌਰਮੈਂਟ ਰੇਟ ਐਕਸ ਹੈਗਾ ਵੈ ਤਾਂ ਸਾਨੂੰ ਉਸ ਗੌਰਮੈਂਟ ਰੇਟ ਤੋਂ ਥੱਲੇ ਦੀ ਤਨਖਾਹ ਦੇ ਉੱਤੇ ਕੈਸ਼, ਕਿਉਂਕਿ ਕੰਮ ਮਿਲੇ, ਚੋਰੀ ਕਰਨੀ ਸਿਖਾਈ ਜਾਂਦੀ ਹੈਗੀ ਹੈ ਕਿ ਤੂੰ ਕੈਸ਼ ਪੈਸੇ ਲੈ ਲੈ ਅਤੇ ਭਾਈ ਤੂੰ ਸਟੂਡੈਂਟ ਹੈਗਾ ਮੈਂ 20 ਘੰਟੇ ਦੇ ਤੈਨੂੰ ਪੇਪਰਾਂ 'ਚ ਦੇਵਾਂਗਾ ਅਤੇ 40 ਘੰਟੇ ਦੇ ਜਾਂ 80 ਘੰਟੇ ਜਿੰਨੇ ਤੂੰ ਕੰਮ ਕਰਨੇ ਅਤੇ ਉਹਦੇ ਕੈਸ਼ ਲੈ ਲੈ। ਸਟੂਡੈਂਟ ਵੱਲੋਂ ਇਹ ਉੱਥੇ ਕਿਹਾ ਗਿਆ ਕਿ ਭਾਈ 40 ਘੰਟੇ ਸਟੂਡੈਂਟ 40 ਘੰਟੇ ਪੜ੍ਹ 20 ਘੰਟੇ ਪੜ੍ਹ ਕੇ ਅਤੇ 40 ਘੰਟੇ ਕੰਮ, ਮਤਲਬ 60 ਘੰਟੇ ਵੀ ਹਫ਼ਤੇ ਦੇ ਵਿੱਚ ਕੰਮ ਕਰ ਸਕਦੇ ਹਾਂ ਅਸੀਂ ਪੰਜਾਬੀ ਬਗੈਰ ਥੱਕੇ ਹੋਏ, ਸਾਨੂੰ ਕੋਈ ਤਕਲੀਫ ਨਹੀਂ ਹੈਗੀ। ਤਾਂ ਜੇਕਰ ਤੁਸੀਂ ਇਹਨੂੰ ਲੀਗਲ ਕਰ ਦਿਉ ਤਾਂ ਸਾਨੂੰ ਸਟੂਡੈਂਟ ਨੂੰ ਜਿਹੜਾ ਅੱਜ ਅਬਿਊਜ਼ ਇੱਥੇ ਕੀਤਾ ਜਾਂਦਾ, ਅਬਿਊਜ਼ ਕੀ ਕੀਤਾ ਜਾਂਦਾ ਕਿ ਸਾਨੂੰ ਘੱਟ ਪੈਸੇ ਕਿਉਂਕਿ ਅਸੀਂ ਕੰਮ ਜ਼ਿਆਦਾ ਕਰਨਾ ਜਾਣਦੇ ਹਾਂ, ਇੱਥੇ ਮਿਹਨਤੀ ਪਰਿਵਾਰਾਂ 'ਚੋਂ ਅਸੀਂ ਗਏ ਹਾਂ, ਆਪਣਾ ਫਿਊਚਰ ਬਣਾਉਣ ਲਈ ਉੱਥੇ ਗਏ ਹਾਂ, ਆਪਣਾ ਬ੍ਰਾਈਟ ਫਿਊਚਰ ਬਣਾਉਣ ਲਈ ਗਏ ਹਾਂ, ਵਿਹਲੇ ਬੈਠਣ ਨੂੰ ਨਹੀਂ ਗਏ, ਵਿਹਲਾ ਸਾਨੂੰ ਉੱਥੇ ਇੱਕ ਦਿਨ ਵੀ ਹੌਂਟ ਕਰਦਾ, ਡਿਪਰੈਸ਼ਨ 'ਚ ਜਾਂਦੇ ਹਾਂ। ਜਿਹੜਾ ਬੰਦਾ ਉੱਥੇ ਕੰਮ ਕਰਦਾ ਹੁੰਦਾ ਅਸੀਂ ਹੋਰ ਜ਼ਿਆਦਾ ਕਹਿੰਦੇ ਨਾ ਫੁੱਲ ਵਕਣ ਖਿੜਨਾ ਸ਼ੁਰੂ ਹੋਏ ਨੇ ਗਿਆ। ਸੋ ਇਸ ਕਰਕੇ ਸਟੂਡੈਂਟਸ ਨੇ ਜਿਹੜਾ ਹੈਗਾ ਇਹ ਸਾਰੇ ਪੁਆਇੰਟਸ ਨੂੰ ਸਾਹਮਣੇ ਰੱਖਿਆ ਗਿਆ। ਅੱਗੋਂ ਸਟੇਟਮੈਂਟ ਪਤਾ ਕੀ ਆਉਂਦੀ ਹੈ, ਵੀ ਅੰਡਰਸਟੈਂਡ ਕਿ ਜੋ ਤੁਸੀਂ ਕਹਿੰਦੇ ਹੋ ਕਿ ਭਾਈ ਬਟ ਵਰਕ ਪਰਮਿਟ ਔਰ ਸਟੂਡੈਂਟ ਵੀਜ਼ਾ ਪਾਰਟ ਟਾਈਮ ਵਰਕ ਦੇ ਵਿੱਚ ਤੁਹਾਨੂੰ ਡਿਫਰੈਂਸ ਸਮਝਣ ਦੀ ਜ਼ਰੂਰਤ ਹੈ। ਤੁਸੀਂ ਇੱਥੇ ਪੜ੍ਹਾਈ ਕਰਨ ਲਈ ਆਏ ਹੋ, ਇਹ ਵਰਲਡ ਦਾ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਰੀ ਕੰਟਰੀ 'ਚ ਇਹੀ ਲਾਅ ਹੈ ਕਿ ਇੱਕ ਵੀਕ ਦੇ ਵਿੱਚ ਟੈਕਨੀਕਲੀ 40 ਘੰਟੇ ਹੁੰਦੇ ਆ, 8 ਘੰਟੇ ਦਿਹਾੜੀ ਦੇ ਅਤੇ 5 ਦਿਨ ਹਫ਼ਤੇ ਦੇ। ਸੋ ਉਹਨੂੰ ਵਰਕਿੰਗ 40 ਆਵਰਸ ਕਿਹਾ ਜਾਂਦਾ ਵੈ ਆਲ ਦਾ ਵੈਸਟਰਨ ਕੰਟਰੀਜ਼ ਦੇ ਵਿੱਚ ਸਪੈਸ਼ਲੀ। ਹੁਣ 40 ਘੰਟਿਆਂ ਦੇ ਵਿੱਚ ਤੁਸੀਂ 20 ਘੰਟੇ ਪੜ੍ਹਾਈ ਕਰ ਸਕਦੇ ਹੋ ਅਤੇ 20 ਘੰਟੇ ਤੁਸੀਂ ਕੰਮ ਕਰ ਸਕਦੇ ਹੋ। ਸੋ ਇਸ ਕਰਕੇ ਜਿਹੜਾ ਹੈਗਾ ਵੈ ਕਿ ਵੀ ਇਹ ਅਸੀਂ ਇਹ ਵਾਲੀ ਚੀਜ਼ ਨੂੰ ਚੇਂਜ ਨਹੀਂ ਕਰਦੇ, ਬਟ ਸਟੂਡੈਂਟ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ। ਸੋ ਇਹ ਸਟੋਰੀ ਸੀਗੀ ਜੋਬਨ ਸੰਧੂ ਦੀ। ਇੱਕ ਚੀਜ਼ ਵੱਲ ਧਿਆਨ ਦਿਓ ਜਿਸ ਕਰਕੇ ਐਡੀ ਲੰਬੀ ਸਟੋਰੀ 10 ਕੁ ਮਿੰਟ ਲਾ ਕਰਕੇ ਸੁਣਾਈ, ਅਖਬਾਰਾਂ 'ਚ ਫੇਸਬੁੱਕ 'ਤੇ ਸਾਰਿਆਂ ਨੇ ਸੁਣੀ ਵੀ ਹੋਏਗੀ, ਜਿਨ੍ਹਾਂ ਦੇ ਦੋਸਤ ਮਿੱਤਰ ਉੱਥੇ ਗਏ ਉਹਨਾਂ ਨੇ ਦੱਸੀ ਵੀ ਹੋਏਗੀ। ਇਹ ਤੋਂ ਵਧੀਆ ਕਿਹੜਾ ਮੁਲਕ ਹੋ ਸਕਦਾ
कि तुहानू कि मतलब तुसी यूके दा, मैं किसी कंट्री नू माड़ा नहीं कहूँगा, मैंने सारे कंट्रिया ने रोटी दिती है, मैं अज कपड़े पा के भी बैठा वा सिर्फ इन्ह कंट्रिया दे उत्ते, या तुहाडी बदौलत है कि तुसी साडे उत्ते विश्वास करदे हो, असी तुहाडा केस जे सक्सैसफुल हुंदा सानू भी चार पैसे लभदे आ, मेहनत सफल हुंदी है, असी भी कोई वधिया जिंदगी जींदे आ, ठीक है। सो मैं किसी भी कंट्री नू किसी भी क्लाइंट नू माड़ा नहीं कह सकता, क्योंकि मेरे लिए उही रब है, तुसी लोग रब हो कि जिहड़े मैनू रिजक दिंदे हो, मैनू मेरी जिंदगी वधिया तरीके नाल वो जीन दा मौका मिलया है। सो माड़ा नहीं, बट एक एग्जाम्पल दे लगा। यूके दे विच बहुत किस्से सुने होगे, स्टूडेंट डिपोर्ट होए सीगे, हुंदे आ अज भी हुंदे आ, यूएसए तो बहुत सुने होने डिपोर्ट होए सीगे, कनेडा तो भी डेपोटेशन अपनी किसी की गलती होएगी तो डिपोर्ट होएगा, इदा बहुत घट सुने हैगा कि कनेडा दे विच रह रहा सी ते उन्हूं डिपोर्ट चक के बाहर मारिया। सो इतो वधिया और की हो सकता कि भाई तुहानूं मौका मिलिया, एंड अज पब्लिकली मीडिया के राही हर एक वर्ल्ड के कोने कोने उरी वो वीडियोस पहुँच रही है पहुंचिया, एंड गवर्नमेंट इमीग्रेशन मिनिस्टर एक स्टूडेंट नू किन्नी क मतलब इमीग्रेशन मिनिस्टर वास्ते एक स्टूडेंट मतलब कोई बॉदर भी नहीं करता, बट उस कंट्री केयर सिस्टम देखो कि भी इमीग्रेशन मिनिस्टर ने खुद वो डेपोटेशन के उत्ते रोक लाई, कोई उन्होंने पोलीटिकल मुद्दा नहीं बनाया, कोई और पोलीटिकल रोटियां नहीं सेकिया, सिर्फ एक जिंदगी और उरी एक स्टेटमेंट जी उन्हें दी सी कि मैं अपने ड्रीम्स तो सिर्फ एक कदम दूर हाँ, एक बन्ने तुसी इन्ने परमानेंट रेजिडेंट या बाकी बुलाते हो तो मैनू भी एक मौका दिता जाए, मैं कोई इंटेंशनली गलत नहीं किया, सर्कमस्टांसा दे विच कर दे, ऐवी नहीं कहा कि मैं कोई क्राइम किया, हाँ रूल यह कहता मेरे को रूल टुटिया एडमिटेड, मैनू एक मौका दो ठीक करन दा, बख इदां दे होर बहुत स्टूडेंट्स होणगे, कल्ला मैं नहीं हैगा, बट मैं किसी का नाम नहीं लैंदा, मैं नहीं चाहता अज मैं प्रॉब्लम चा पूरी स्टूडेंट वर्ग होवे, बट मैं इहनूं चाहुंदा वा कि भी जेकर मेरे नाल ये चीज़ हुई है इनू चेंज ही कर दो ते तुहाडा जिहड़ा सिस्टम अब्यूज़ है वो हो जाएगा। सानू होर अब्यूज़ किया जाता, टूरिस्ट वीजे के उत्ते बंदा कनेडा पहुँचता, उन्होंने कहें कि टूरिस्ट वीजे पहुँच गया $40,000 $50,000 $60,000 $65,000 की LMIL है, स्टूडेंट नू थापड़ी की दी जाती है उत्थों के लोगों वालों, ओ यार नहीं पढ़ना ना तू ना पढ़ कोई गल नहीं, मेरा वीर शेरा डट के पैसे कमा ला, $50,000-$60,000 इकट्ठा कर ली, LMIL ला दूंगे, तेरा अपना वर्क परमिट ला जूगा, पक्का हो जाएगा, तो कोई दिक्कत नहीं है। बच्चा पब्लिक कॉलेज दे विच भी पढ़िया, 3 साल का वर्क परमिट भी लग गया, फिर भी उरे पॉइंट नहीं बनते पे, कहता मैं दोबारा पढ़ाई दे विच जाना क्योंकि मैं अपनी एजुकेशन पूरी कर ला, पॉइंट पूरे कर ला, तो इतने बैठ के पंजाब दे विच लोकी की चीज़ का डंका वजाते कि जी पब्लिक कॉलेज जाओ, प्राइवेट कॉलेज ना जाओ, यूनिवर्सिटी जाओ तो उत्थे पब्लिक कॉलेज दे विच ना, इस तरीके दे मतलब जिदा कहना कि नॉनसेंस चीज़ा कि भी जिन्हों का कोई तुक नहीं, SDS दियाँ गाइडलाइनस कि जी SDS इदा SDS हो गया यार पुराना हो गया, सारे पता 6 बैंड ही चाहिए, साल की फीस चाहिए है, तो जरा है कि भी थोड़े को GIC चाहिए, होर कुछ नहीं चाहिए, मेन है कैनेडा का वीज़ा एंड तुहानू PR तक का रस्ता, वो कलैरिटी होनी बहुत जरूरी है। सरकार चेंज होने की गल होंगी है कि जी फटाफट कर लो अगले साल तो बाद जी इदा हो जाएगा तो उदा हो जाएगा, जस्टिन ट्रूडो की अज गवर्नमेंट है उत्थे, जेकर एक गवर्नमेंट चेंज भी होंगी है सितंबर अक्टूबर, एंड्रयू शीर जिहड़े गए दूसरी पार्टी के प्राइम मिनिस्टर कैंडीडेट ने, अज्यूम किया जा रहा है कि एंड्रयू शीर आते, उन्होंने पॉलिसीज होर तो भी वधिया। कैनेडा एक इदा का मुल्क है कि जिन्हों रोज़ के भी जेकर 10,000 तो लख बच्चा स्टूडेंट इमीग्रेंट उत्थे जांदा जाए, जेन्युइन काम करन वाला, पढ़ाई करन वाला, घूमन फिरन वाला, तो उन्होंने तांग नहीं गई, उन्होंने पक्के रहन वाले उत्थे बंदे, उत्थे रह के टैक्स तारन वाले बंदे चाहिए हैगे है। मैं कैनेडा दे विच उन्हें प्रमोशन शुरू की सी कि भाई तुसी उत्थे पक्के तौर पर कनेडा जाना चाहते हो, मेरी एक ESS ग्लोबल है, ESS ग्लोबल असी सिर्फ और सिर्फ स्टूडेंट वीजा जरा है वह बारे काउंसलिंग देने, स्टूडेंट एप्लीकेशन जिहड़े भी किसी भी दाखले होर लेने हैं किसी भी यूनिवर्सिटीज कॉलेजेस दे विच उत्थे दाखलिया लई एप्लीकेशन प्रोसैस करते हैं। एक होर ऑर्गेनाइजेशन है मेरी ओपुलेंस करियर, ओपुलेंस करियर सिर्फ और सिर्फ परमानेंट रेजिडेंसी वास्ते अप्लाई किसी ने भी करना, पक्के तौर दे उत्ते जाना उरी काउंसलिंग दी जाती है। सो मैं उत्थे प्रमोशन शुरू की सी, तुसी इत्थे घूमन फिरन लई आना चाहते हो, तुसी इत्थे पक्के तौर पर आना चाहते हो, तुसी इत्थे पढ़ाई करन दे तौर पर आना चाहते हो, तो तुसी मैनू मेरे जिहड़ा टूर है उरे विच सपोर्ट कर सकते हो। एंड नॉर्थ अमेरिका तो इन्नियां ज्यादा कॉल्स आईयां, एंड लोगों के इदा इदा के एपीसोड सामने आए कि टूरिस्ट वीजे ते गए सी उत्थे जा करके LMIA दा झांसा दिता गया, बट वो LMIA लगा नहीं, बंदा अज उत्थे लटकया आ वापस नहीं आ जोगा नहीं। गुरिंदर जी असल दे विच सच्चाई नहीं दसी जाती, जदों असीं टूरिस्ट ते जांदे एग्जाम्पल तुसीं LMIA ले ली,
ਐਲਮੀਆ ਦਾ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜਾ ਤੁਹਾਨੂੰ ਇੱਕ ਰਾਈਟਸ ਦਿੰਦਾ ਉੱਥੇ ਕੰਮ ਕਰਨ ਦੇ। ਅੱਗੇ ਕੀ ਹੈ, ਅੱਗੇ ਦੋ ਹੀ ਆਪਸ਼ਨ ਨੇ ਤੁਹਾਡੇ ਕੋਲ, ਜਾਂ ਤਾਂ ਤੁਸੀਂ ਕਿਸੇ PNP ਦੇ ਪੂਲ ਦੇ ਵਿੱਚ ਜਾਓਗੇ ਜਾਂ ਫੈਡਰਲ ਦੇ ਵਿੱਚ ਜਾਓਗੇ। ਮੈਨੂੰ ਕੋਈ ਹੋਰ ਰਸਤਾ ਦੱਸੋ ਐਲਮੀਆ ਦਾ, ਕੁਛ ਨਹੀਂ ਗਾ। ਇਹ ਸਭ ਅਸੀਂ ਹਾਂ ਰਹਿਣ ਦਾ 2 ਸਾਲ ਦਾ ਜਾਂ 4 ਸਾਲ ਦਾ ਤੁਹਾਡਾ ਜੁਗਾੜ ਹੋ ਗਿਆ, ਅਲਟੀਮੇਟਲੀ ਤੁਹਾਡੀ ਪੜ੍ਹਾਈ ਤਾਂ ਚਾਹੀਦੀ ਹੈ ਨਾ, ਤੁਹਾਨੂੰ ਆਇਲਸ ਤਾਂ ਚਾਹੀਦੀ ਹੈ ਨਾ, ਤੁਸੀਂ 50 ਸਾਲ ਦੇ ਬੰਦੇ ਨੂੰ ਐਲਮੀਆ ਦਵਾ ਦੋਗੇ, ਕਿਵੇਂ PR ਹੋਊਗਾ? ਸੋ ਥੋੜ੍ਹਾ ਜਿਹਾ ਧਿਆਨ ਨਾਲ, ਇਹ ਕੋਈ ਜ਼ਰੂਰੀ ਨਹੀਂ ਹੈ। ਇੱਕ ਮੈਂ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹੂੰਗਾ ਵਰਿੰਦਰ ਜੀ ਤੁਹਾਨੂੰ ਰੋਕ ਕੇ ਵਿੱਚ ਜੀ, ਉਸ ਬੱਚੇ ਦਾ ਫੜੇ ਜਾਣਾ ਸਾਡੇ ਪੰਜਾਬ ਔਰ ਭਾਰਤ ਦੇ ਸਿਸਟਮ 'ਤੇ ਇੱਕ ਚਪੇੜ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਇੱਥੇ ਵਿਹਲੜ ਕਹਿੰਦੇ ਹਾਂ। ਵਿਹਲੜ ਨਹੀਂ, ਉਹ ਵਿਚਾਰੇ ਕੰਮ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿ ਮਿਹਨਤ ਦਾ ਸਹੀ ਮੁੱਲ ਨਹੀਂ ਪੈਂਦਾ। ਇਹ ਬੱਚਾ ਜਾਂ ਇਹਦੇ ਵਰਗੇ ਹਜ਼ਾਰਾਂ ਲੱਖਾਂ ਬੱਚੇ ਹੋਰ ਜਾ ਕੇ ਕਿਉਂ ਉੱਥੇ ਕੰਮ ਕਰਦੇ ਨੇ? ਕਿਉਂਕਿ ਮੁੱਲ ਜਿਹੜਾ ਹੈਗਾ ਸਹੀ ਮਿਲਦਾ। ਜਿਨ੍ਹਾਂ ਨੇ ਵੋਟਿੰਗ ਕੀਤੀ ਉਹਨਾਂ ਦਾ ਵੀ ਧੰਨਵਾਦ। ਔਰ ਦੂਜੀ ਕਮਾਲ ਕੈਨੇਡਾ ਦੀ ਹੈ ਇਸ ਐਪੀਸੋਡ ਦੇ ਵਿੱਚ ਕਿ ਕਿੰਨਾ ਨੀਟ ਐਂਡ ਕਲੀਨ ਸਿਸਟਮ ਹੈ, ਕਿਸੇ ਦੇ ਉੱਪਰ ਪ੍ਰੈਸ਼ਰ ਪਾ ਕੇ ਜਾਂ 24 ਘੰਟੇ ਟਰੱਕ ਚਲਾਉਣ, ਸਾਡੇ ਕਿੰਨੇ ਕਿੰਨੇ ਘੰਟੇ ਟਰੱਕ ਚਲਾਉਂਦੇ ਆ, ਤਾਂ ਹੀ ਤਾਂ ਐਕਸੀਡੈਂਟ ਹੁੰਦੇ ਆ, ਉਹ ਫੜਦੇ ਕਿਉਂ ਨੇ? ਆਪਣੇ ਸਿਸਟਮ ਨੂੰ ਠੀਕ ਕਰਨ ਵਾਸਤੇ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇਹ ਚੀਜ਼ ਤੁਹਾਨੂੰ ਥੋੜ੍ਹੀ ਜਿਹੀ ਸਮਝਣੀ ਚਾਹੀਦੀ ਆ ਕਿ ਸਾਡੀ ਮਿਹਨਤ ਦਾ ਮੁੱਲ ਜੇ ਵਿਦੇਸ਼ਾਂ ਦੇ ਵਿੱਚ ਪੈਂਦਾ ਤਾਂ ਉਹ ਇੱਕ ਚੰਗੀ ਗੱਲ ਹੈ, ਤਾਂ ਸਾਨੂੰ ਇੱਕ ਜਿਹੜਾ ਸਿਸਟਮ ਹੈ ਇਹਨੂੰ ਠੀਕ ਕਰਨਾ ਪਏਗਾ। ਔਰ ਇੱਥੇ ਜਿਹੜੇ ਬੱਚਿਆਂ ਦੇ ਉੱਪਰ ਪ੍ਰੈਸ਼ਰ ਪੈਂਦਾ ਕਿ ਵਿਦੇਸ਼ੋਂ ਪੈਸਾ ਕਮਾ ਕੇ ਲਿਆਓ, ਇਸ ਤਰ੍ਹਾਂ ਦੇ ਐਪੀਸੋਡ ਤਾਂ ਵਾਪਰਦੇ ਨੇ, ਬੱਚੇ ਭੋਲੇ ਨੇ, ਬੱਚਿਆਂ ਨੂੰ ਨਹੀਂ ਪਤਾ ਮੈਂ ਗਲਤ ਕੰਮ ਨਹੀਂ ਕਰਨਾ, ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ, ਸਾਡਾ ਮੀਡੀਆ ਔਰ ਸਾਡੇ ਕੰਸਲਟੈਂਟਸ, ਅਸੀਂ ਵੀਜ਼ਾ ਹੀ ਦੱਸਦੇ ਹਾਂ, PR ਦੱਸਦੇ ਹਾਂ, ਇਹ ਕਿਉਂ ਨਹੀਂ ਦੱਸਦੇ ਕਿ ਇਹ ਨਹੀਂ ਕਰਨਾ ਉੱਥੇ ਜਾ ਕੇ? ਇਹ ਚੀਜ਼ਾਂ ਦਾ ਧਿਆਨ ਵੀ ਰੱਖਣਾ ਪਏਗਾ ਮੇਰੇ ਕਰਾਉਣ ਵਾਲੇ। ਵਿਹਲੜ ਤੋਂ ਇੱਕ ਚੀਜ਼ ਯਾਦ ਆਈ, ਮੈਂ ਨਾਮ ਨਹੀਂ ਲਵਾਂਗਾ ਬੰਦੇ ਦਾ, ਬੜੀ ਅਫਸੋਸ ਹੋਈ, ਬਹੁਤ ਮੂੰਹ ਤੋੜਿਆ ਉੱਥੇ ਵੀ, ਔਰ ਅੱਜ ਇੱਥੇ ਮੰਚ ਤੋਂ ਵੀ ਇਹੀ ਚੀਜ਼ ਜਵਾ ਦੂੰਗਾ। ਕਹਿੰਦਾ ਆਲਾ ਵੀ ਵਿਹਲੜ ਆ ਗਏ, ਮੈਂ ਉੱਥੇ ਬੈਠਾ, ਮੈਂ ਉਹ ਸਟੋਕ ਬੱਚਾ ਸੀਗਾ ਅਤੇ ਜਦੋਂ ਚਲੇ ਗਿਆ ਤਾਂ ਮੈਂ ਕਿਹਾ, ਮੈਂ ਕਿਹਾ ਅੱਜ ਅੱਜ ਜਿਹੜੇ ਕੱਪੜੇ ਪਾਏ ਹੈ, ਅੱਜ ਜਿਹੜੀ ਕੁਰਸੀ 'ਤੇ ਬੈਠਾ ਨਾ, ਇਹ ਵਿਹਲੜਾਂ ਦੇ ਕਰਕੇ ਹੀ ਬੈਠਾ। ਜੇ ਵਿਹਲੜ ਤੇਰੇ ਦਫ਼ਤਰ ਵੜਨਾ ਬੰਦ ਹੋ ਜਾਣਾ ਤਾਂ ਖਤਮ ਹੋ ਜਾਏਗਾ, ਕਿ ਮਤਲਬ ਕੋਈ ਕਿਸੇ ਤਰੀਕੇ ਦਾ ਮਾਣ ਨਹੀਂ ਕਿ ਤੂੰ ਕੌਣ ਹੈ ਤੂੰ ਕੌਣ ਨਹੀਂ ਹੈ। ਸੋ ਇਸ ਕਰਕੇ ਜਿਹੜੇ ਬੰਦੇ ਮੇਰੀ ਯੂਥ ਨੂੰ, ਇੱਥੇ ਪੰਜਾਬ ਦੀ ਯੂਥ ਨੂੰ, ਮੈਂ ਆਪਣੀ ਯੂਥ ਕਹਿੰਦਾ, ਜਿਹੜੀ ਮੇਰੀ ਯੂਥ ਨੂੰ ਇਹ ਕਹਿੰਦੇ ਆ ਕਿ ਵੀ ਇਹ ਵਿਹਲੜ ਹੈ, ਉਹ ਆਪ ਸਭ ਤੋਂ ਵੱਡੇ ਵਿਹਲੜ ਸੀ। ਇਹ ਯੂਥ ਨੇ ਗਲਤੀ ਕਰਕੇ, ਯਕੀਨ ਕਰਕੇ ਅੱਜ ਜਿਹੜਾ ਹੈਗਾ ਵਾ ਕਿ ਵੀ ਕਿਤੇ ਇੱਕ ਤਖ਼ਤ ਦੇ ਉੱਤੇ ਬਿਠਾ ਤਾ, ਕਿ ਇੱਕ ਮਤਲਬ ਜੀ ਉਹ ਸਟਾਰ ਬਣਾ ਤਾ, ਇੱਕ ਜੀ ਆਪਣਾ ਬੌਸ ਬਣਾ ਤਾ, ਇੱਕ ਜੀ ਇਹ ਵਹਾ ਤਾ ਕਿ ਜੀ ਓਕੇ ਜੀ ਤੁਹਾਡੇ ਉੱਤੇ ਬਹੁਤ ਜ਼ਿਆਦਾ ਟਰੱਸਟ ਹੈ। ਸੋ ਵਿਹਲੜ ਪੰਜਾਬ ਦੀ ਯੂਥ ਨਹੀਂ ਹੈਗੀ, ਯੂਥ ਪੰਜਾਬ ਦੀ ਇੱਕ ਕਹਿ ਲਓ ਕਿ ਉਹਨਾਂ ਦੇ ਅੰਦਰ ਅੱਗ ਬਲਦੀ ਪਈ ਹੈ ਇਸ ਚੀਜ਼ ਦੀ, ਕਿ ਭਈ ਉਹ ਕੁਛ ਕਰਨਾ ਚਾਹੁੰਦੇ ਨੇ, ਕੰਮ ਕਰਨਾ ਚਾਹੁੰਦੇ ਨੇ, ਕੁਛ ਕਰਕੇ ਦਿਖਾਉਣਾ ਚਾਹੁੰਦੇ ਨੇ। ਕਿ ਵੀ ਅੱਜ ਜੇਕਰ ਮੈਂ ਆਪਣੇ NRIs ਦੀ ਗੱਲ ਕਰ ਲਾਂ, ਇਹ ਸਾਰੇ NRIs ਜਿਹੜੇ ਅੱਜ ਉੱਥੇ ਸਿਟੀਜ਼ਨ ਨੇ, ਜਿਹੜੇ ਅੱਜ ਪਰਮਾਨੈਂਟ ਰੈਜ਼ੀਡੈਂਟ ਨੇ, ਜੇਕਰ ਕਿਸੇ ਦਾ ਵੀ ਤੁਸੀਂ ਪਿਛੋਕੜ ਖੋਲ੍ਹ ਕੇ ਦੇਖ ਲਓ, ਜਾਂ ਕੋਈ ਇੱਥੇ ਪੱਕੇ ਤੌਰ ਦੇ ਉੱਤੇ ਇੱਥੋਂ ਗਿਆ ਸੀ, ਕੋਈ ਇੱਥੋਂ ਟੂਰਿਸਟ ਵੀਜ਼ੇ 'ਤੇ ਗਿਆ ਸੀ, ਕੋਈ ਇੱਥੋਂ 2 ਨੰਬਰ 'ਤੇ ਗਿਆ ਸੀ, ਕੋਈ ਇੱਥੋਂ ਵਿਆਹ ਕਰਾ ਕੇ ਗਿਆ ਸੀ, ਭਈ ਇਹ ਇੱਥੋਂ ਹੀ ਗਏ ਹੋਏ ਨੇ, ਇੱਥੋਂ ਦੇ ਕੰਮ ਕਰਨਾ ਚਾਹੁੰਦੇ ਸੀਗੇ, ਬਟ ਕੰਮ ਦਾ ਸਹੀ ਮੁੱਲ ਜਾਂ ਜਿਸ ਤਰੀਕੇ ਦੇ ਨਾਲ ਉਹ ਆਪਣੇ ਪਰਿਵਾਰਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਸੀ, ਉਸ ਤਰੀਕੇ ਦੀਆਂ ਅਪੋਰਚੁਨਿਟੀਜ਼ ਉਸ ਜ਼ਮਾਨੇ ਦੇ ਵਿੱਚ ਨਹੀਂ ਸੀਗੀ। ਅੱਜ ਉਹਨਾਂ ਦੀਆਂ ਜਨਰੇਸ਼ਨਸ ਅੱਗੇ ਹੋ ਗਈਆਂ, ਉਹਨਾਂ ਨੇ ਇੱਥੇ ਆਪਣੀਆਂ ਜ਼ਮੀਨ ਜਾਇਦਾਦਾਂ ਬਣਾ ਲਈਆਂ। ਉਹਨਾਂ ਵੱਲ ਦੇਖ ਕੇ ਮੇਰੀ ਜਿਹੜੀ ਅੱਜ ਦੀ ਯੂਥ ਹੈ, ਉਹ ਹਰ ਕੋਈ ਬੰਦਾ ਕਹਿੰਦਾ ਕਿ ਮੈਂ ਕੈਨੇਡਾ, ਆਸਟ੍ਰੇਲੀਆ, UK, ਯੂਰਪ ਕਿਤੇ ਵੀ ਜਾਵਾਂ, ਮੈਂ ਜਾ ਕਰਕੇ ਤਰੱਕੀ ਕਰਨਾ ਚਾਹੁੰਦਾ, ਮੇਰੇ 'ਚ ਕੀ ਕਮੀ ਹੈ। ਗਲਤੀਆਂ ਜਵਾਨੀ ਵੇਲੇ ਹਰ ਕੋਈ ਇਨਸਾਨ ਕਰਦਾ, ਮੈਂ ਬਹੁਤ ਸਾਰੀਆਂ ਗਲਤੀਆਂ ਆਪਣੇ ਬਚਪਨ ਤੋਂ ਲੈ ਕੇ ਆਪਣੇ ਬਾਪ ਦੇ ਨਾਲ 12ਵੀਂ ਤੱਕ ਹਰ ਚੀਜ਼ 'ਚ ਲੜਿਆ ਹੋਵਾਂਗਾ, ਠੀਕ ਹੈ। ਮੈਨੂੰ ਬਹੁਤ ਚੀਜ਼ਾਂ ਕਰਨ ਤੋਂ ਰੋਕਦੇ ਸੀ, ਮੈਂ ਫਿਰ ਵੀ ਕਰਦਾ ਸੀ, ਕਿ ਇੱਕ ਬਹੁਤ ਜ਼ਿੱਦੀ ਕਰਕੇ ਇਹ ਬੱਚਾ ਸੀ ਮੈਂ ਆਪਣੇ ਘਰ 'ਚ। ਸੋ ਅੱਜ ਦਾ ਯੂਥ ਵੀ ਉੱਦਾਂ ਹੀ ਹੈ, ਕਿ ਯੂਥ ਦੇ ਵਿੱਚ ਵੀ ਹੈ ਕਿ ਭਈ ਮਾਪਿਆਂ ਸਾਹਮਣੇ ਬਚਪਨ 'ਚ ਬਹੁਤ ਸਾਰੀਆਂ ਗਲਤੀਆਂ ਰਣਵੀਰ ਹਰ ਕਿਸੇ ਨੇ ਕੀਤੀਆਂ ਹੁੰਦੀਆਂ, ਐਂਡ ਉਹ ਜਦੋਂ ਕੁਛ ਕਰਨ ਦਾ ਆਪਣਾ ਜਜ਼ਬਾ ਮਾਪਿਆਂ ਦੇ ਸਾਹਮਣੇ ਰੱਖਦੇ ਆ, ਤਾਂ ਮਾਪੇ ਕਿਸੇ ਵੇਲੇ ਉਹ ਇਗਨੋਰ ਕਰ ਦਿੰਦੇ ਆ ਕਿ ਭਈ ਤੇਰੇ ਵੱਸਦਾ ਨਹੀਂ। ਫਿਰ ਉਹ ਇੱਕੋ ਚੀਜ਼ ਆਉਂਦੀ ਹੈ ਕਿ ਠੀਕ ਹੈ ਯਾਰ ਮੈਨੂੰ ਬਾਹਰ ਭੇਜ ਦਿਉ, ਤੁਸੀਂ ਚਾਹੁੰਦੇ ਹੋ ਨਾ ਮੈਂ ਬਾਹਰ ਜਾਵਾਂ, ਮੈਨੂੰ ਬਾਹਰ ਹੀ ਭੇਜ ਦਿਉ, ਮੈਂ ਤੁਹਾਨੂੰ ਕੁਛ ਕਰਕੇ ਵਿਖਾਵਾਂਗਾ ਕਿ ਵੀ ਤੁਸੀਂ ਆਪਣੇ ਸਾਹਮਣੇ ਤਾਂ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ, ਠੀਕ ਹੈ ਮੈਨੂੰ ਬਾਹਰ ਭੇਜ ਦਿਉ। ਜਾਂ ਉਹ ਕਹਿੰਦੇ ਕਿ ਇੱਕ ਵਾਰ, ਤੁਸੀਂ ਕਹਿੰਦੇ ਹੋ ਨਾ ਕਿ ਵੀ ਬਾਪ ਦੇ ਸਾਏ ਦੇ ਅੰਦਰ ਅਤੇ ਜਾਂ ਮਾਂ ਦੇ ਸਾਏ ਦੇ ਅੰਦਰ ਇੱਥੇ ਬਹੁਤ ਸਾਰੇ ਕੰਫਰਟੇਬਲ ਹੈਗੇ ਆ, ਮੈਂ ਉੱਥੇ ਕੁੜੀਆਂ ਮੁੰਡਿਆਂ ਨੂੰ ਵਿੱਚ ਵਿਚਰਦਾ ਵਾਂ, ਕੁੜੀਆਂ ਮੁੰਡਿਆਂ ਨੂੰ ਦੇਖਦਾ, ਦਿਨ ਰਾਤ ਮਿਹਨਤ ਕਰਦੇ ਨੇ, ਕੋਈ ਵੀ ਬੱਚਾ ਇੱਦਾਂ ਦਾ ਨਹੀਂ ਜਿਹਨੂੰ ਇਹ ਚੀਜ਼ ਹੋਵੇ ਯਾਰ ਕੰਮ ਕਰਨ 'ਤੇ ਦਿਲ ਨਹੀਂ ਕਰਦਾ। ਉਹਨੂੰ ਮੈਂ ਪੁੱਛਿਆ ਮੁੰਡੇ ਨੂੰ, ਮੈਂ ਕਿਹਾ ਯਾਰ ਤੂੰ ਕਿੰਨੇ ਘੰਟੇ ਸੁੱਤਾ? ਕਹਿੰਦਾ ਭਾਜੀ ਸਟੂਡੈਂਟ ਸੌਂਦੇ ਕਿੱਥੇ ਗਏ ਆ, 4-5 ਘੰਟੇ ਦੀ ਨੀਂਦ ਵੀ ਬਹੁਤ ਹੈਗੀ ਹੈ, ਇਹਦੇ ਜਿਹੜੇ ਬੰਦੇ ਵੱਡੇ ਹੁੰਦੇ ਉਹਨਾਂ ਦੀ ਅਕਾਊਂਟਿੰਗ ਹੁੰਦੀ 8 ਘੰਟੇ ਜਾਂ 9 ਘੰਟੇ ਜਾਂ 10 ਘੰਟੇ ਹੈਲਥ ਲਈ, ਕੀ ਜ਼ਰੂਰੀ ਕੀ ਨਹੀਂ, ਅਸੀਂ ਇੱਥੇ ਕੰਮ ਕਰਨ ਆਏ ਹਾਂ ਐਂਡ ਆਪਣੀ ਜਿਹੜੀ ਅੱਗ ਹੈਗੀ ਉਹਨੂੰ ਸ਼ਾਂਤ ਕਰਨ ਲਈ ਆਏ ਹਾਂ, ਕਿ ਵੀ ਉਹ ਸਾਰਿਆਂ ਬੰਦਿਆਂ ਨੂੰ ਜਵਾਬ ਦੇਣ ਲਈ ਆਏ ਹਾਂ ਜਿਹੜੇ ਸਾਨੂੰ ਇੱਥੇ ਵਿਹਲੜ ਕਹਿੰਦੇ ਸੀ, ਅਤੇ ਅੱਜ ਅਸੀਂ ਉਹਨਾਂ ਨਾਲੋਂ ਕਾਫੀ ਗੁਣਾ ਜ਼ਿਆਦਾ ਹਾਂ ਜੇਕਰ ਅਸੀਂ
ਕੋਈ ਕੰਟਰੀ ਮਾੜੀ ਨਹੀਂ, ਜਿੱਥੇ ਤੁਹਾਨੂੰ ਸਾਂਭਣ ਵਾਸਤੇ, ਜਿੱਥੇ ਤੁਹਾਡਾ ਸਗਾ ਸੰਬੰਧੀ ਹੈ ਉੱਥੋਂ ਵਾਸਤੇ ਐਪਲੀਕੇਸ਼ਨ ਆਪਣੀ ਦਰਜ ਕਰੋ, ਅੱਗੇ ਤੁਹਾਡਾ ਸਪਟੈਂਬਰ ਇਨਟੇਕ ਹੈ। ਇੱਕ ਮੈਸੇਜ ਸਾਰੀ ਯੂਥ ਨੂੰ ਦੇਣਾ ਚਾਹੂੰਗਾ, ਸੁਣਿਓ, ਜੇਕਰ ਤਾਂ ਰੁਪਈਆ 50-60 ਹਜ਼ਾਰ ਇੱਥੇ ਮਹੀਨੇ ਦਾ ਕਮਾਉਂਦੇ ਪਏ ਹੋ ਨਾ, ਤਾਂ ਆਹ ਹੱਥ ਬਣਾ ਲਓ, ਬਿਲਕੁਲ ਬਾਹਰ ਦਾ ਰੁੱਖ ਨਾ ਕਰਨਾ। ਮੈਂ ਸਟੂਡੈਂਟ ਦੀ ਗੱਲ ਕਰਦਾ, ਉਸ ਵਰਗ ਦੀ ਗੱਲ ਕਰਦਾ, ਸੋਰੀ ਉਸ ਵਰਗ ਦੀ ਗੱਲ ਕਰਦਾ, ਸਟੂਡੈਂਟ ਦੀ ਗੱਲ ਨਹੀਂ ਕਰ ਰਿਹਾ, ਕਿ ਜਿਹੜੇ ਬੰਦੇ ਨੇ ਗ੍ਰੈਜੂਏਸ਼ਨ ਕਰ ਲਈ, ਅੱਜ ਚੰਗਾ ਭਲਾ ਨੌਕਰੀ ਕਰਦਾ ਪਿਆ ਵਾ, ਵਿਆਹ ਵਿਊ ਹੋ ਗਿਆ ਵਾ, ਅਤੇ ਐਵੇਂ ਲੋਕਾਂ ਨੂੰ ਵੇਖ ਕਰਕੇ ਆਪਣੇ ਦਿਮਾਗ 'ਚ ਆ ਗਿਆ ਕਿ ਕਰ ਲਾਂ, ਵਧੀਆ ਪੋਜੀਸ਼ਨ ਦੇ ਉੱਤੇ ਬੰਦਾ ਲੱਗਾ, ਮੀਆਂ ਬੀਬੀ ਦੋਵੇਂ ਕੰਮ ਕਰਦੇ ਹੋ, ਜਾਂ ਜਨਾਨੀ ਘਰ ਦਾ ਘਰ ਸਾਂਭਦੀ ਹੈ ਅਤੇ ਤੁਸੀਂ ਕੰਮ ਕਰਦੇ ਹੋ, ਔਰ ਜੁਆਇੰਟ ਫੈਮਿਲੀ ਰਹਿੰਦੇ ਹੋ, ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜਾ ਮਾਰ ਕੇ ਨਾ ਕਰੋ। ਇੱਥੋਂ ਦੇ ਆਪਣੇ ਫਾਇਦੇ ਹੈ ਔਰ ਆਪਣੇ ਨੁਕਸਾਨ ਹੈ, ਬਾਹਰ ਦੇ ਵੀ ਆਪਣੇ ਫਾਇਦੇ ਔਰ ਆਪਣੇ ਨੁਕਸਾਨ ਹੈ। ਗਰਾਸ ਇਜ਼ ਆਲਵੇਸ ਗ੍ਰੀਨਰ ਔਨ ਦਾ ਅਨਦਰ ਸਾਈਡ, ਦੂਜੇ ਬੰਨੇ ਦਾ ਘਾਹ ਹਮੇਸ਼ਾ ਜ਼ਿਆਦਾ ਹਰਾ ਲੱਗਦਾ ਹੈ। ਆਪਣੀ ਕੋਠੀ ਲੱਗੇ ਦਰਖਤ ਕਿਸੇ ਵੇਲੇ ਹੁੰਦੇ, ਇਹ 'ਚ ਆਹ ਕਮੀ ਹੈ ਅਤੇ ਉਹ ਹੈ ਸਾਹਮਣੇ ਵਾਲੀ ਕੋਠੀ ਦੇ ਵਿੱਚ, ਚਾਹੇ ਮਾੜੀ ਵੀ ਚੀਜ਼ ਹੋਵੇ, ਇਹ ਕਹੀਦਾ ਉਹਰੀ ਮੈਨੂੰ ਲੱਗਦਾ ਹੈ ਕਿ ਥੋੜ੍ਹੀ ਬੈਟਰ ਹੈਗੀ ਹੈ। ਸੋ ਕਹਿੰਦੇ ਨਾ ਕਿ ਦੂਜੇ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜਾ ਮਾਰ ਕੇ ਨਹੀਂ ਕਰਨਾ, 50-60 ਹਜ਼ਾਰ ਰੁਪਇਆ ਮਹੀਨੇ ਦਾ ਬਚਦਾ ਹੈ, ਅਤੇ ਰੱਬ ਦਾ ਵਾਤਾ ਬਾਹਰ ਦਾ ਮੂੰਹ ਬਿਲਕੁਲ ਨਾ ਕਰਿਓ। ਇਹ ਬਹੁਤ ਵਧੀਆ ਪੰਜਾਬ ਸੂਬਾ ਹੈ, ਬਹੁਤ ਤਰੱਕੀਆਂ ਦੇ ਹੈ, ਬਹੁਤ ਕੰਮ ਕਰ, ਬਹੁਤ ਇੱਥੇ ਓਪਰਚੁਨਿਟੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਜ਼ਰ ਆਉਂਦੀਆਂ। ਇੱਥੋਂ ਦੀਆਂ ਸਰਕਾਰਾਂ ਦੀਆਂ ਵੀ ਪੋਲਿਸੀਜ਼ ਪੜ੍ਹ ਕੇ ਦੇਖ ਲਓ, ਮੈਂ ਇਹ ਨਹੀਂ ਕਹਿੰਦਾ ਕਿ ਜੀ BJP, ਅਕਾਲੀ ਦਲ ਜਾਂ ਕਾਂਗਰਸ, ਕਿਸੇ ਦੀਆਂ ਵੀ ਪੋਲਿਸੀ ਪੜ੍ਹ ਲਓ, ਹਰ ਕਿਸੇ ਬੰਦੇ ਦੀ ਕਮਿਟਮੈਂਟ ਹੈਗੀ ਹੈ, ਕਿਉਂਕਿ ਜ਼ਮਾਨਾ, ਟਾਈਮ, ਸਮਾਂ ਸਭ ਕੁਝ ਬਦਲ ਗਿਆ, ਲੋਕ ਬਹੁਤ ਸਿਆਣੇ ਹੋ ਗਿਆ, ਐਂਡ ਹਰ ਕੋਈ ਬੰਦਾ ਆਪਣੇ ਆਪਣੇ ਸੂਬੇ ਦੀ ਤਰੱਕੀ ਵਸਤ ਵੱਲ ਹੀ ਤੱਕਦਾ। ਸੋ ਜੇਕਰ ਤੁਸੀਂ ਇੱਥੇ 50-60 ਹਜ਼ਾਰ ਅੱਜ ਕਮਾਉਂਦੇ ਪਏ ਹੋ, ਮਤਲਬ ਆਉਣ ਵਾਲੇ ਸਾਲ 2 ਸਾਲ ਦੇ ਵਿੱਚ ਜਾਂ 5 ਸਾਲਾਂ 2-2.5-3 ਲੱਖ ਰੁਪਏ ਦੇ ਪਹੁੰਚ ਜਾਓਗੇ। ਜੇਕਰ ਅੱਜ ਤੁਸੀਂ ਬਾਹਰ ਜਾਂਦੇ ਹੋ, ਸਾਰੇ ਖਰਚੇ ਖੁਰਚੇ ਕੱਢ ਕੇ ਰੁਪਈਆ 50 ਹਜ਼ਾਰ ਹੀ ਬਚਦਾ ਵੈ। ਸਟੂਡੈਂਟ ਜਿਹਦਾ ਕਿ ਅੱਜ 12ਵੀਂ ਕਰਕੇ ਨਿਕਲਿਆ, ਉਹ ਕਹਿੰਦਾ ਮੈਂ ਇੱਥੇ ਗ੍ਰੈਜੂਏਸ਼ਨ ਨਹੀਂ ਕਰਨੀ, ਮੈਂ ਗ੍ਰੈਜੂਏਸ਼ਨ ਪਹਿਲੇ ਪੜ੍ਹਾਈ ਕਰਨਾ ਚਾਹੁੰਦਾ, ਮੈਂ ਪੜ੍ਹਾਈ ਕਰਕੇ ਹੋ ਸਕਦਾ ਆਪਣੇ ਸੂਬੇ 'ਚ ਵਾਪਸ ਆਵਾਂ, ਜੇਕਰ 3 ਸਾਲ ਬਾਅਦ ਜਿੱਦਾਂ ਦਾ ਮੈਂ ਪੰਜਾਬ ਦੇਖਣਾ ਚਾਹੁੰਦਾ, ਜੇ ਉੱਦਾਂ ਦਾ ਪੰਜਾਬ ਬਣ ਗਿਆ, ਮੈਂ ਇੱਥੇ ਆ ਕਰਕੇ ਵੈਲਿਊ ਐਡ ਕਰੂੰਗਾ, ਜਾਂ ਆਪਣੇ ਇੰਡੀਆ ਦੇ ਵਿੱਚ ਆ ਕਰਕੇ ਵੈਲਿਊ ਐਡ ਕਰਾਂਗਾ। ਅਤੇ ਜੇਕਰ ਮੈਨੂੰ ਉਦੋਂ ਵੀ ਕੋਈ ਚੀਜ਼ਾਂ ਚੇਂਜਿਸ ਨਜ਼ਰ ਨਹੀਂ ਆਈਆਂ ਜਿਹੜੀਆਂ ਮੈਂ ਅੱਜ ਦੇਖਦਾ ਪਿਆ ਵਾਂ ਕਿ ਜਿਹੜੀਆਂ ਮੈਨੂੰ ਪ੍ਰੋਬਲਮ ਦਿੰਦੀਆਂ, ਮੈਨੂੰ ਅਜ਼ਿਊਮ ਕਰ ਰਿਹਾ ਕਿ 3 ਸਾਲ ਬਾਅਦ ਚੇਂਜ ਹੋਣਗੀਆਂ, ਬਾਹਰ ਜਾ ਕੇ ਉੱਥੇ ਸੈਟਲ ਹੋਣਾ, ਉੱਥੇ ਸੈਟਲ ਵੀ ਹੋ ਸਕਦੇ ਹੋ। ਸੋ ਇਹ ਆਪਣਾ ਡਿਸੀਜਨ, ਆਪਣਾ ਕੌਲ ਹੈ। ਕੋਈ ਵੀ ਸਿਰਫ ਬੇਸਿਕ ਰਿਕੁਆਇਰਮੈਂਟ ਕੀ ਹੈਗੀ ਹੈ ਕਿਸੇ ਵੀ ਮੁਲਕ ਦੀ, ਇੱਕ ਥੰਬ ਰੂਲ ਦੇ ਦੇਣਾ, 12ਵੀਂ ਪਾਸ ਹੋਵੇ, ਵਧੀਆ ਨੰਬਰਾਂ ਨਾਲ, ਵਧੀਆ ਨੰਬਰ 60% ਹੁੰਦੇ ਆ, ਮਤਲਬ ਉਹ ਕਹਿੰਦੇ ਨਾ ਅੱਧੇ ਨੂੰ ਥੋੜ੍ਹੇ ਜਿਹੇ ਜ਼ਿਆਦਾ, 50-60% 60% ਤੁਹਾਡੇ ਨੰਬਰ ਹੋਣ, 12ਵੀਂ ਪਾਸ ਹੋਵੇ, IELTS 6 band ਹੋਣ, ਕਿਸੇ ਵੀ ਮੁਲਕ 'ਚ ਜਾ ਸਕਦੇ ਹੋ। ਡਿਪੈਂਡ ਕਰਦਾ ਹੋਰ ਬਾਕੀ ਸ਼ਰਤਾਂ ਕਿਹੜੀਆਂ ਕਿਹੜੀਆਂ ਮੰਨੀਆਂ ਜਾ ਸਕਦੀਆਂ, ਖੀਸੇ 'ਚ ਪੈਸੇ ਕਿੰਨੇ ਹੈਗੇ, ਕਿੰਨੇ ਪੈਸੇ ਖਰਚਣੇ ਆ, ਅਤੇ ਹਾਲਾਤ ਕੀ ਹੈ, ਵਿਆਹੇ ਜੇ ਕੁਆਰੇ ਜੇ, ਮਾਂ ਬਾਪ ਦੀ ਇਨਕਮ ਕੀ ਹੈ, ਐਂਡ ਜ਼ਿੰਦਗੀ 'ਚ ਅੱਗੇ ਵਾਕਈ ਪੜ੍ਹਾਈ ਕਰਨਾ ਚਾਹੁੰਦੇ ਹੋ ਕਿ ਸਟੂਡੈਂਟ 'ਤੇ ਜਾਣਾ ਚਾਹੁੰਦੇ ਹੋ, ਅਤੇ ਐਂਡ ਪਰਪਸ ਜਿਹੜਾ ਹੈਗਾ ਵਾ ਉਹ PR ਹੈਗਾ, ਜਾਂ ਪਹਿਲੇ ਵਾਲੀ ਇਗਜ਼ਾਮਪਲ ਹੈ ਜਿਹੜੀ ਮੈਂ ਦਿੱਤੀ ਹੈ, ਕਿਸੇ ਵੀ ਮੁਲਕ ਦਾ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਜੂਨ, ਜੁਲਾਈ ਇੱਦਾਂ ਦੇ ਮਹੀਨੇ ਹੁੰਦੇ ਆ ਜਦੋਂ ਬਾਹਰ ਦਾ ਟੈਂਪਰੇਚਰ 40-45 ਹੁੰਦਾ ਵਾ, ਅਤੇ ਉਹ ਅੰਦਰ ਦਾ ਵੀ ਸਟੂਡੈਂਟ ਦਾ ਟੈਂਪਰੇਚਰ ਜਿਹੜਾ ਹੈਗਾ ਉਹ 50-60 degree ਤੱਕ ਲਾਲ 'ਤੇ ਪਹੁੰਚਿਆ ਹੁੰਦਾ ਕਿ ਭਾਈ ਮੈਨੂੰ ਇਹ ਦੱਸੋ ਮੈਂ ਹੁਣ ਜਾਵਾਂਗਾ ਕਿੱਦਾਂ, ਕਿਉਂਕਿ ਸਪਟੈਂਬਰ ਇਨਟੇਕ ਸਾਹਮਣੇ ਹੁੰਦਾ। ਬਹੁਤ ਸਾਰੇ ਸੈਮੀਨਾਰ, ਬਹੁਤ ਸਾਰੇ ਦੌਰੇ ਮੈਂ ਆਪ ਇੰਡੀਆ 'ਚ ਇਸ ਵੇਲੇ ਇਸੇ ਕਰਕੇ ਹੈਗਾ ਕਿ ਹਰ ਇੱਕ ਸ਼ਹਿਰ 'ਚ ਜਾ ਕਰਕੇ ਸਟੂਡੈਂਟਸ ਵਿੱਚ ਵਿਚਰ ਸਕਾਂ, ਮਿਲ ਸਕਾਂ, ਐਂਡ ਲੋਕਾਂ ਨੂੰ ਜੇਕਰ ਕੁਛ ਉਹਨਾਂ ਦੀ ਜ਼ਿੰਦਗੀ 'ਚ ਵੈਲਿਊ ਐਡ ਕਰ ਸਕਾਂ, ਅਤੇ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਾਂਗਾ, ਕਿਉਂਕਿ ਬਹੁਤ ਹੀ ਠੋਕਰਾ ਖਾ ਖਾ ਕੇ, ਬਹੁਤ ਸਾਈਕਲ ਤੋਂ ਇਹ ਵਾਲੀ ਜਰਨੀ ਤੱਕ ਅੱਜ ਪਹੁੰਚਿਆ, ਇਹ ਸਾਰੇ ਸਟੂਡੈਂਟਸ ਦੀ ਹੀ ਬਦੌਲਤ ਹੈ। ਸੋ ਕੋਈ ਵੈਲਿਊ ਐਡ ਕਰ ਸਕਾਂ ਅਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਹਿ ਲਓ ਕਿ ਕਿਸਮਤ ਵਾਲਾ ਸਮਝਾਂ। ਸ਼ੁਕਰੀਆ ਜੀ। ਯੂਥ ਸਾਡਾ ਇੱਕ ਹਵਾ ਦੀ ਤਰ੍ਹਾਂ, ਹਵਾ ਜਦੋਂ ਟਾਇਰ 'ਚ ਕਿਸੇ 'ਚ ਭਰਦੀ ਹੈ ਤਾਂ ਬਹੁਤ ਸੁਖਾਵਾਂ ਕਿਸੇ ਨੂੰ ਸਫ਼ਰ ਕਰਨ ਦੇ ਵਿੱਚ ਮਦਦ ਕਰਦੀ ਹੈ, ਇਹੀ ਹਵਾ ਜਦੋਂ ਗੁੱਸੇ 'ਚ ਹੋਵੇ ਤਾਂ ਤੂਫਾਨ ਬਣਦੀ ਹੈ। ਇਹੀ ਹਵਾ ਆਕਸੀਜਨ ਦੇ ਰੂਪ 'ਚ ਜਾ ਕੇ ਸਾਨੂੰ ਜਿਉਂਦਾ ਰੱਖਦੀ ਹੈ, ਇਹੀ ਹਵਾ ਜਦੋਂ ਕਿਤੇ ਖਰਾਬ ਹੋ ਜੇ ਫਿਰ ਇਹ ਪੋਲਿਊਸ਼ਨ ਫੈਲਾ ਕੇ ਸਾਡੇ ਅੰਦਰ ਜਾ ਕੇ ਬਿਮਾਰੀਆਂ ਪੈਦਾ ਕਰਦੀ ਹੈ, ਫੇਫੜੇ ਵੀ ਖਤਮ ਕਰਦੀ ਹੈ। ਅਸੀਂ ਕਰਨਾ ਕੀ ਹੈ, ਇਸ ਯੂਥ ਦਾ ਕਿਵੇਂ ਵਰਤਣਾ, ਇਹ ਸਾਡੇ ਹੱਥ ਹੈ। ਅਲਬਰਟਾ ਦੇ ਵਿੱਚ ਤਾਂ ਹਵਾ ਨੂੰ ਟੈਂਕੀਆਂ ਦੇ ਵਿੱਚ ਭਰ ਭਰ ਕੇ ਵੇਚਣਾ ਸ਼ੁਰੂ ਕਰਦਾ, ਚਾਈਨਾ ਭੇਜਦਾ, ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਯੂਥ ਨੂੰ ਵੇਚੀਏ। ਪੰਜਾਬ ਭਾਰਤ ਦੇ ਵਿੱਚ ਇਹੀ ਹੋ ਰਿਹਾ, ਅਸੀਂ ਇਹਨੂੰ ਵੇਚ ਰਹੇ ਹਾਂ, ਇਹਨੂੰ ਭੱਠੀ ਦੇ ਵਿੱਚ ਝੋਕ ਰਹੇ ਹਾਂ। ਆਓ ਆਪਾਂ ਆਪਣੀ ਕੀਮਤ ਸਮਝੀਏ, ਆਪਣੀ ਕਦਰ ਜਿਹੜੀ ਹੈਗੀ, ਆਪਣਾ ਮੁੱਲ ਆਪ ਪਾਈਏ, ਚਾਹੇ ਇੱਥੇ ਰਹਿ ਕੇ ਪਾਈਏ ਚਾਹੇ ਵਿਦੇਸ਼। ਥੋੜ੍ਹਾ ਜਿਹਾ ਝੂਠੇ ਲਾਰੇ ਦਾਅਵੇ, ਚਾਹੇ ਉਹ ਕੰਸਲਟੈਂਟਸ ਨੇ ਚਾਹੇ ਉਹ ਲੀਡਰ ਨੇ, ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਸਾਡਾ ਐਪੀਸੋਡ ਤੁਸੀਂ ਦੇਸ਼ ਪ੍ਰਦੇਸ਼ ਲਾਈਵ ਦੇ ਯੂਟਿਊਬ ਚੈਨਲ 'ਤੇ ਵੀ ਦੇਖ ਸਕਦੇ ਹੋ। ਆਪਣੇ ਦੋਸਤ ਰਣਵੀਰ ਸਿੰਘ ਨਾਗੇ ਦੇ ਧੰਨਵਾਦ, ਸਤਿ ਸ਼੍ਰੀ ਅਕਾਲ।